ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਤੁਹਾਡੇ ਨਾਲ। 25 ਤਰੀਕ ਨੂੰ ਦੋ ਮੀਟਿੰਗਾਂ ਹੁੰਦੀਆਂ ਨੇ, ਇੱਕ ਚੰਡੀਗੜ੍ਹ ਦੇ ਵਿੱਚ ਸੁਖਬੀਰ ਧੜਾ ਮੀਟਿੰਗ ਕਰਦਾ ਹੈ ਤੇ ਇੱਕ ਜਲੰਧਰ ਦੇ ਵਿੱਚ ਬਾਕੀ ਜਿਹੜੇ ਅਕਾਲੀ ਆਗੂ ਹੈਗੇ ਉਹਨਾਂ ਵੱਲੋਂ ਮੀਟਿੰਗ ਕੀਤੀ ਜਾਂਦੀ ਹੈ। ਦੋ ਫਾੜ ਹੋ ਜਾਂਦੀ ਅਕਾਲੀ ਦਲ ਤੇ ਹੁਣ ਪਾਰਟੀ ਤੋਂ ਸਮਰਥਨ ਵੀ ਵਾਪਸ ਲੈ ਲਿਆ ਸੁਖਬੀਰ ਸਿੰਘ ਹੋਰਾਂ ਨੇ ਤੇ ਹੁਣ ਸਿੱਬਲ ਲੈਣ ਦੀ ਵੀ ਕੋਸ਼ਿਸ਼ ਕੀਤੀ ਗਈ, ਪਰ ਪਾਰਟੀ ਦੇ ਵਿੱਚ ਸੁਰਜੀਤ ਕੌਰ ਜਿਹੜੀ ਕੈਂਡੀਡੇਟ ਹੈਗੇ ਨੇ ਉਹ ਚੋਣ ਲੜਨਗੇ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਹੁਣ ਸੁਖਬੀਰ ਸਿੰਘ ਬਾਦਲ ਤੱਕੜੀ ਵਾਸਤੇ ਲੋਕਾਂ ਨੂੰ ਅਪੀਲ ਕਰਨਗੇ ਚੋਣਾਂ ਲਈ ਜਾਂ ਹਾਥੀ ਵਾਸਤੇ, ਕਿਉਂਕਿ ਹਾਥੀ ਨੂੰ ਸਮਰਥਨ ਦਿੱਤਾ ਗਿਆ, BSP ਨੂੰ ਸਮਰਥਨ ਦਿੱਤਾ ਗਿਆ। ਸਾਡੇ ਨਾਲ ਮੌਜੂਦ ਨੇ ਬੀਬੀ ਜਗੀਰ ਕੌਰ ਜੀ। ਬੀਬੀ ਜੀ, ਕਿਵੇਂ ਵੇਖਦੇ ਹੋ ਹੁਣ ਤੇ ਪਾਰਟੀ ਦੋ ਫਾੜ ਹੋ ਗਈ ਹੈ, ਸੁਖਬੀਰ ਜੀ ਕੁਛ ਕਹਿ ਰਹੇ ਹੋ, ਤੁਸੀਂ ਕੁਛ ਕਹਿ ਰਹੇ ਹੋ? ਪਾਰਟੀ ਦੇਖੋ ਜੀ, ਇੱਕੋ ਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ, ਕਿਸੇ ਦੀ ਵਿਚਾਰਧਾਰਾ ਪਾਰਟੀ ਬਚਾਓ, ਕਿਸੇ ਦੀ ਵਿਚਾਰਧਾਰਾ ਵੀ ਪਾਰਟੀ ਹੋਰ ਵੀ ਜਿਹੜੀ ਹੈ ਖਤਮ ਕਰ ਦਿਓ, ਜੈ ਵੀ ਕਰ ਦਿਓ ਇੱਥੇ। ਜੇ ਪਾਰਟੀ ਚੋਣਾਂ 'ਚੋਂ ਭੱਜ ਗਈ ਤਾਂ ਪਾਰਟੀ ਜ਼ਿੰਦਾ ਕਿੱਦਾਂ ਰਹੇਗੀ? ਸੋ ਮੈਂ ਸਮਝਦੀ ਹਾਂ ਕਿ ਅੱਜ ਦੀ ਪਾਰਟੀ ਦਾ ਜਿਹੜਾ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੈ, ਇਹਨੂੰ ਲੋਕ ਪ੍ਰਵਾਨ ਕਰ ਰਹੇ ਹੈ ਔਰ ਲੋਕ ਬੜੇ ਖੁਸ਼ ਹੈ ਕਿ ਅਸੀਂ ਝੰਡਾ ਨੀਵਾਂ ਨਹੀਂ ਹੋਣ ਦੇਣਾ, ਸ਼੍ਰੋਮਣੀ ਅਕਾਲੀ ਦਲ ਦਾ ਅਕਸ ਅਸੀਂ ਵਧਾਵਾਂਗੇ ਘਟਾਵਾਂਗੇ ਨਹੀਂ। ਮੈਂ ਸਮਝਦੀ ਹਾਂ ਕਿ ਇਹ ਲੋਕਾਂ ਦੇ ਵੱਸ 'ਚ ਹੈ, ਉਹਨਾਂ ਨੇ ਤੱਕੜੀ ਨੂੰ ਵੋਟ ਪਾਉਣੀ ਹੈ, ਇਹ ਵੀ ਮੈਂ ਤੈਨੂੰ ਕਹਿ ਦਿੰਦੀ ਹਾਂ। ਇੱਕ ਵੀ ਅਕਾਲੀ ਨਹੀਂ ਆਏਗਾ ਇੱਥੇ ਜਿਹੜਾ ਆ ਕੇ ਕਹੂਗਾ BSP ਨੂੰ ਵੋਟਾਂ ਪਾਓ, ਇੱਕ ਵੀ ਨਹੀਂ ਆਏਗਾ। ਨਾ ਪ੍ਰਧਾਨ ਸਾਹਿਬ ਵੀ ਨਹੀਂ ਆਉਣਗੇ, ਕੋਈ ਵਰਕਰ ਵੀ ਨਹੀਂ ਆਊਗਾ, ਕੋਈ ਲੀਡਰ ਵੀ ਨਹੀਂ ਆਏਗਾ। ਇਸ ਲਈ ਉਹਨਾਂ ਨੇ ਬਿਆਨ ਹੀ ਦੇ ਦਿੱਤਾ, ਇਹਦੇ ਖਿਲਾਫ਼ ਆ ਨਹੀਂ ਸਕਦੇ। ਜਿੱਦਾਂ ਆਉਣਗੇ ਇਹ ਸਮਝ ਲਓ ਲੋਕਾਂ ਉਹਨਾਂ ਨੇ ਭਜਾਉਣਗੇ ਕਿ ਤੁਸੀਂ ਪਾਰਟੀ ਦੇ ਲੀਡਰ ਹੋ, ਤੁਸੀਂ ਕਿੱਦਾਂ ਕਹਿ ਦਿੱਤਾ ਇਹ ਗੱਲ? ਸੋ ਇਸ ਕਰਕੇ ਮੈਨੂੰ ਆਸ ਹੈ ਲੋਕਾਂ ਦੇ ਉੱਤੇ, ਵਿਸ਼ਵਾਸ ਹੈ ਲੋਕਾਂ ਦੇ ਕਿ ਉਹ ਆਪਣੀ ਪਾਰਟੀ ਨੂੰ ਕਦੀ ਵੀ ਕਮਜ਼ੋਰ ਨਹੀਂ ਕਰਨਗੇ, ਕਦੀ ਵੀ ਉਹਦਾ ਅਕਸ ਖਰਾਬ ਨਹੀਂ ਕਰਨਗੇ। ਡਾਕਟਰ ਸੁਖਬਿੰਦਰ, ਤੁਸੀਂ ਕਹਿ ਰਹੇ ਨੇ ਕਿ ਜਦੋਂ ਪਾਰਟੀ ਪ੍ਰਧਾਨ ਨੇ ਟਿਕਟ ਦਿੱਤੀ ਸੀ ਉਦੋਂ ਇਹ ਵੀ ਗੱਲ ਨਾਲ ਕਹਿਤੀ ਸੀਗੀ ਕਿ ਟਿਕਟ ਬਦਲੀ ਜਾ ਸਕਦੀ ਹੈ, ਟਿਕਟ ਵਾਪਸ ਲਈ ਜਾ ਸਕਦੀ, ਕੁਛ ਨਹੀਂ ਕੀਤਾ ਜਾ ਸਕਦਾ, ਕੁਛ ਨਹੀਂ ਕਿਹਾ ਡਾਕਟਰ ਸੁੱਖੀ ਕੋ। ਉਹਦੇ ਵਿੱਚ ਝੂਠ ਘੁਆਇਆ ਜਾ ਰਿਹਾ ਕੋਲ ਬਿਠਾ ਕੇ, ਇਹ ਡਾਕਟਰ ਚੀਮੇ ਦੀ ਆਦਤ ਹੈ ਕਿ ਕੋਲ ਬਿਠਾ ਕੇ ਤੇ ਕਰਾਉਣ ਡੇ ਆ, ਉਹਦੇ ਕੋਲ ਘੁਆਣ ਡੇ ਆ। ਡਾਕਟਰ ਸੁੱਖੀ ਨੇ ਤੇ ਆਪ ਕਿਹਾ ਵੀ ਅਸੀਂ BSP ਨੂੰ ਨਹੀਂ ਸਪੋਰਟ ਕਰਨੀ, ਜਦੋਂ ਅਸੀਂ ਵਿੱਚ ਬੈਠੇ ਸਾਰੇ। KP ਸਾਹਿਬ ਨੇ ਕਿਹਾ ਕਿ ਨਹੀਂ ਸਪੋਰਟ ਕਰਨੀ, ਸੁੱਖੀ ਨੇ ਕਿਹਾ ਨਹੀਂ ਸਪੋਰਟ ਕਰਨੀ, ਬਾਦਲ ਸਾਹਿਬ ਨੇ ਸਾਨੂੰ ਪੁੱਛਿਆ ਸੀ ਇਹਦੇ, ਅਸੀਂ ਪੁੱਛ ਲਓ ਜੇ ਸਾਰੇ ਕਹਿਣਗੇ ਤੇ, ਪਰ ਉਹਨੇ ਸਾਰਿਆਂ ਨੇ ਕਿਹਾ ਨਹੀਂ। ਇਸ ਕਰਕੇ ਬਾਦਲ ਸਾਹਿਬ ਨੇ ਕਿਹਾ ਫਿਰ ਇੱਦਾਂ ਕਰੋ ਟਿਕਟ ਲੈ ਜਾਓ ਆ ਕੇ, ਉੱਥੋਂ ਚੰਡੀਗੜ੍ਹੋਂ ਇਹਨੇ ਸਾਈਨ ਕਰਕੇ ਟਿਕਟ ਦਿੱਤੀ ਹੈ, ਤੇ ਜੇ ਫਿਰ ਬਿਠਾਉਣੀ ਸੀ ਮੰਨ ਲਓ ਜਿੱਦਣ ਅਸੀਂ ਪੇਪਰ ਫਾਈਲ ਕਰਨਗੇ ਅਸੀਂ ਉੱਧਰ ਬਿਠਾ ਦਿੰਦੇ। ਅੱਛਾ, ਸੁਰਜੀਤ ਕੌਰ ਹੋਰਾਂ ਦੇ ਪਰਿਵਾਰ ਦਾ ਕਹਿਣਾ ਕਿ ਸਾਡੇ, ਸੁਰਜੀਤ ਕੌਰ ਨੇ ਕਿਹਾ ਕਿ ਮੇਰੇ ਝੂਠੇ ਦਸਤਖਤ ਜਾਲੀ ਦਸਤਖਤ ਕਰਕੇ ਆਪੇ ਉਹ ਲਿਖਤੀ ਸ਼ਿਕਾਇਤ ਦਿੱਤੀ ਹੈ ਕਮਿਸ਼ਨ ਨੂੰ, ਦਿੱਤੀ ਹੈ ਜੀ। ਠੀਕ ਹੈ ਜੀ, ਤੋ ਸੋ ਇਹ ਸਨ ਬੀਬੀ ਜਗੀਰ ਕੌਰ ਜੀ, ਇਹਨਾਂ ਨੇ ਕਲੀਅਰ ਕਰ ਦਿੱਤਾ ਕਿ ਜਿੱਦਣ ਟਿਕਟ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਵੱਲੋਂ ਟਿਕਟ ਦਿੱਤੀ ਗਈ ਸੀਗੀ ਉਦਣ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਿਹਾ ਗਿਆ ਸੀਗਾ, ਪਰ ਜਿਹੜੀ ਜਾਲੀ ਦਸਤਖਤ ਕਰਕੇ ਪੇਪਰ ਵਿਦਡਰਾਅ ਕਰਨ ਦੀ ਗੱਲ ਕਹੀ ਸੀ ਉਹ ਵੀ ਉਹਨਾਂ ਨੇ ਕਲੀਅਰ ਕਰ ਦਿੱਤੀ ਕਿ ਮੰਨਣ ਕੁਲਵੰਤ ਸਿੰਘ ਮੰਨਣ ਹੋਣਾ ਦੇ ਖਿਲਾਫ਼ ਜਿਹੜੇ ਅਬਜ਼ਰਵਰ ਹੈਗੇ ਉਹਨਾਂ ਨੂੰ ਕੰਪਲੇਂਟ ਦਾਖਲ ਕਰ ਦਿੱਤੀ ਗਈ ਹੈ। ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰਿੰਦਰ ਕੰਬੋਜ, ਦੈਨਿਕ ਸਵੇਰਾ ਟੀਵੀ, ਜਲੰਧਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।